ਸਲਾਮ ਅਲੈਕਮ ਜੀ ਮਾਸ਼ਾਅੱਲਾ ਜੀ ਬੜਾ ਪਿਆਰਾ ਖੇਤ ਹੈ ਜੀ ਇਹ ਦੇਖੋ ਪਿਆਜ਼ ਤੇ ਟਿੰਡੇ ਤੇ ਕਪਾਹ ਮਾਸ਼ਾਅੱਲਾ ਇਹ ਗੇਤੀ ਕਾਸ਼ਤ ਕੀਤੀ ਅਸੀਂ ਇਹ ਚੈੱਕ ਕਰੋ ਮਾਸ਼ਾਅੱਲਾ ਕਿੰਨੀ ਸੋਹਣੀ ਫਸਲ ਖਲੋਤੀ ਸਾਡੀ ਇਹ ਮੀਆਂ ਮਮਤਾਜ਼ ਸਾਹਿਬ ਦੀ ਜੀ ਹੈ ਇਹਨਾਂ ਨੇ ਬੜੀ ਮਿਹਨਤ ਕੀਤੀ ਇਹਨਾਂ ਤੇ ਜੀ ਤੇ ਅੱਲਾ ਦਾ ਸ਼ੁਕਰ ਹੈ ਜੀ ਮਿਹਨਤ ਦਾ ਨਤੀਜਾ ਰੱਬ ਨੇ ਦਿੱਤਾ ਬੜੀ ਗੋਡੀ ਕੀਤੀ ਹੈ ਮਾਸ਼ਾਅੱਲਾ ਟਿੰਡੇ ਵੀ ਰੋਜ਼ ਜਾ ਰਹੇ ਮੰਡੀ ਰਮਜ਼ਾਨ ਦਾ ਕਰਕੇ ਟਿੰਡਿਆਂ ਦਾ ਰੇਟ ਵੀ ਅੱਛਾ ਹੈ ਨਾਲ ਉਹਨਾਂ ਦਾ ਮੱਕੀ ਦਾ ਖੇਤ ਹੈ ਬਹੁਤ ਸੋਹਣਾ ਮੱਕੀ ਦਾ ਖੇਤ ਹੈ ਆ ਦੇਖੋ ਨਾਲ ਉਹਨਾਂ ਦਾ ਫੀ ਇਕੜਾ ਬਰਸੀਨ ਦਾ ਜੀ ਮਾਸ਼ਾਅੱਲਾ ਹਜੇ ਤੱਕ ਲੋਕਾਂ ਦੇ ਜਿਹੜੇ ਨਕੰਮੇ ਵੀ ਸੀ ਨਾ ਜੀ ਬਰਸੀਨ ਦੇ ਉਹ ਖਤਮ ਹੋ ਗਏ ਜੀ ਵਿਸਾਖ ਦੇ ਵਿੱਚ ਇਹ ਮਾਸ਼ਾਅੱਲਾ ਦੇਖੋ ਹਜੇ ਵੀ ਹਰਾ-ਭਰਾ ਕਿਉਂਕਿ ਰੋਜ਼ ਇਹਨੂੰ 8 ਦਿਨ ਪਾਣੀ ਲੱਗਦਾ ਜੀ ਫਸਲ ਨੂੰ ਵੀ ਚੌਥੇ ਪੰਜਵੇਂ ਦਿਨ ਤੇ ਹਜੇ ਤੱਕ ਮਾਸ਼ਾਅੱਲਾ ਹਰਾ-ਭਰਾ ਖੇਤ ਖਲੋਤਾ ਜੀ ਮਾਸ਼ਾਅੱਲਾ ਇਹਦਾ ਇਹ ਸਾਰਾ ਜੀ ਇਹਨਾਂ ਦੀ ਮਿਹਨਤ ਦਾ ਨਤੀਜਾ ਔਰ ਹਰ ਫਸਲ ਤੇ ਜੀ ਪਹਿਲੀ ਲੇਜ਼ਰ ਕਰਵਾਉਂਦੇ ਔਰ ਨਾਵਾ ਖਾਲਾ ਵਿੱਚ ਬਣਾਉਂਦੇ ਜਿਹਦੀ ਵਜ੍ਹਾ ਨਾਲ ਇਹਨਾਂ ਨੂੰ ਪਾਣੀ ਲਾਉਣਾ ਬਹੁਤ ਸੌਖਾ ਔਰ ਖਾਲੇ ਦੇ ਵਿੱਚ ਪਾਣੀ ਨਹੀਂ ਖੜਾ ਹੁੰਦਾ ਔਰ ਇਹ ਜ਼ਾਇਆ ਨਹੀਂ ਹੁੰਦਾ ਤੱਕ ਪਾਣ ਹੈ ਗੇਤੀ ਇੱਕ ਪਾਣ ਹੈ ਜੀ ਫਲ ਚੁੱਕ ਲਿਆ ਫੁੱਲ ਗੁੱਡੀ ਤੇ ਪਾਕਿਸਤਾਨ ਦੇ ਵਿੱਚ ਹੁਣ ਕਪਾਹ ਬਹੁਤ ਘੱਟ ਕਾਸਟ ਕੀਤੀ ਜਾਂਦੀ ਹੈ ਖਾਸ ਤੌਰ ਤੇ ਪੰਜਾਬ ਸਾਈਵਲ ਸਾਡੇ ਇਲਾਕੇ ਦੇ ਵਿੱਚ ਕਿਉਂਕਿ ਜ਼ਰਾਤ ਨੇ ਨਾ ਕੋਈ ਇਹਦੇ ਬਾਰੇ ਏਡੀ ਕੋਈ ਰਿਸਰਚ ਨਹੀਂ ਕੀਤੀ ਕਿ ਨਰਮੇ ਕਪਾਹਸ ਘਾਤੋਂ ਖਤਮ ਹੁੰਦੀ ਜਾ ਰਹੀ ਮੱਕੀਆਂ ਆਲੂਆਂ ਤੇ ਜ਼ੋਰ ਹੈ ਹਰ ਬੰਦੇ ਦਾ ਜਿਹਦੀ ਵੇਨਾ ਕਪਾਹਸ ਬਹੁਤ ਮਹਿੰਗੀ ਹੋ ਗਈ ਆ ਔਰ ਬਹੁਤ ਘੱਟ ਲੋਕ ਹੀ ਲਾਂਦੇ ਤੇ ਇਹ ਮੀਆਂ ਮੁਮਤਾਜ਼ ਸਾਹਿਬ ਨੇ ਕਿੱਲਾ ਇਸ ਵਾਰ ਹੀ ਲਾਇਆ ਆਪਣੇ ਪੂਰਜ਼ੋਰ ਮਿਹਨਤ ਨਾਲ ਨੇ ਦਿਲ ਚ ਸ਼ੌਕ ਸੀ ਕਿ ਅੱਲਾਹ ਵਾਰਸ ਹੈ ਇਸ ਵਾਰੀ ਲਾਉਣਾ ਤੇ ਹੈ ਹੀ ਹੈ ਕਿ ਪੈਲੀ ਇਹਨਾਂ ਕੋ ਠੇਕੇ ਤੇ ਹੈ ਜੀ ਲੇਕਿਨ ਇਸ ਤੋਂ ਪਹਿਲੇ ਪੈਲੀ ਇਹਦੇ ਵਿੱਚ ਇਦਾਂ ਦੀ ਅਜੇ ਤੱਕ ਕਦੀ ਫਸਲ ਨਹੀਂ ਹੋਈ ਇਸ ਪੈਲੀ ਦੇ ਵਿੱਚ ਅਜੇ ਤੱਕ ਇੰਨੀ ਸੋਹਣੀ ਫਸਲ ਨਹੀਂ ਹੋਈ ਬਸ ਇਹਨਾਂ ਦੀ ਤਵੱਜੋ ਮਿਹਨਤ ਔਰ ਹਾਰਡ ਵਰਕਿੰਗ ਦੀ ਵਜ੍ਹਾ ਤੋਂ ਜਨਾਬ ਅੱਲਾਹ ਤਾਲਾ ਨੇ ਇਹਨਾਂ ਨੂੰ ਮਤਲਬ ਨਵਾਜ਼ਿਆ ਇਹਨਾਂ ਦੀ ਫਸਲ ਨੂੰ ਇਹ ਪਿਆਜ਼ ਸਾਡਾ ਮਤਲਬ ਮਾਸ਼ਾਅੱਲਾ ਬਹੁਤ ਅੱਛਾ ਹੈ ਖਰਚਾ ਬਹੁਤ ਹੈ ਇਤੋਂ ਵੀ ਜ਼ਿਆਦਾ ਅੱਛਾ ਹੋਣਾ ਸੀ ਲੇਕਿਨ ਥੋੜਾ ਜਿਹਾ ਇਸ ਬੀਜ ਦਾ ਵਿੱਚ ਨਾ ਥੋੜੇ ਜਿਹਾ ਸਾਡੇ ਨਾਲ ਧਾਂਦਲੀ ਹੋ ਗਈ ਕਿ ਬੀਜ ਨਹੀਂ ਅੱਛਾ ਮਿਲਿਆ ਇਹ ਬੱਚੇ ਜੀ ਨਾਲ ਖੇਤ ਚ ਇੰਜੋਏ ਕਰ ਰਹੇ ਤੇ ਚਾਚਾ ਸਾਡਾ ਵੀ ਬੜਾ ਖੁਸ਼ ਹੈ ਇਹ ਜਿਹੜੇ ਟਿੰਡੇ ਤਾਜ਼ੇ ਇਹ ਰੇਤਲੀ ਪੈਲੀ ਦੇ ਆ ਇਹਨਾਂ ਦਾ ਐਸਾ ਟੇਸਟ ਹੁੰਦਾ ਜੀ ਖਾਸ ਤੌਰ ਬਲੈਲਰ ਬਹੁਤ ਮਹਿੰਗਾ ਉਹ ਪਾ ਦਿਓ ਤੇ ਫਿਰ ਬਹੁਤ ਜ਼ਿਆਦਾ ਟੇਸਟ ਹੋ ਜਾਂਦਾ ਇਸ ਇੱਕ ਦਿਨ ਛੱਡ ਕੇ ਇੱਕ ਦਿਨ ਤੋੜੀ ਦੇ ਜਨਾਬ ਇਹ ਤਿੰਨ ਚਾਰ ਗੱਟੂ ਜਿਹੜੇ ਨੇ ਜੀ ਅਸੀਂ ਮੰਡੀ ਲੈ ਜੀਦੇ ਸਵੇਰ ਸਵੇਰ ਲੇਬਰ ਆ ਕੇ ਤੋੜਦੀ ਤਾਜ਼ੇ ਫਰੈਸ਼ ਔਰ ਫਰੈਸ਼ ਮੰਡੀ ਚ ਜਾਂਦੇ ਤੇ ਠੀਕ ਹੈ ਜੀ ਅੱਲਾ ਹਾਫਿਜ਼ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਸਾਡੇ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਸ਼ੇਅਰ ਕਰੋ ਜਨਾਬ ਜੀਂਦੇ ਵਸਦੇ ਰਹੋ ਅਸਲਾਮੁਅਲੈਕਮ ਜੀ